ਜੋਤਾ ਮੇਰਾ ਨਾਂ ਜੀ। ਹਾਂਜੀ। ਤੇ 8 ਵਜੇ ਦੇ ਕਰੀਬ ਫਾਇਰ ਕਾਲ ਆਈ ਵੀ ਲੈਦਰ ਕੰਪਲੈਕਸ ਦੇ 6 ਨੰਬਰ ਫੈਕਟਰੀ ਚੱਕ ਲੱਗੀ ਆ ਤੇ ਲਿਓ ਕੋਈ ਨਾਮ ਆ ਫੈਕਟਰੀ ਦਾ। ਟੋਟਲ ਕਿੰਨੀਆਂ ਗੱਡੀਆਂ ਆ ਗਈ? ਜਦੋਂ ਅੱਗ ਤੇ ਆਏ ਤਾਂ ਦੇਖਿਆ ਅੱਗ ਬਹੁਤ ਜ਼ਿਆਦਾ ਸੀਗੀ, 2 ਗੱਡੀਆਂ ਟਰਨ ਆਊਟ ਕਰ ਲਈਆਂ, ਹੁਣ ਘੱਟੋ ਘੱਟ 10-15 ਗੱਡੀਆਂ ਲੱਗ ਚੁੱਕੀਆਂ ਤੇ ਇਹਨਾਂ ਦੇ ਮਾਲ ਵਗੈਰਾ ਬਹੁਤ ਪਿਆ ਅੰਦਰ ਲੈਦਰ। ਤੇ ਕੋਈ ਜਾਨੀ ਮਾਲ ਦਾ ਨੁਕਸਾਨ ਨਹੀਂ? ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਮਾਲ ਦਾ ਜਿਹੜਾ ਚਲੋ ਇਹਨਾਂ ਦਾ ਨੁਕਸਾਨ ਹੋਣਾ ਸੀ ਉਹ ਤਾਂ ਹੋ ਗਿਆ। ਠੀਕ ਹੈ। ਤੇ ਸੇਫਟੀ ਫਿਊਚਰ ਤੇ ਉਹਨਾਂ ਨੇ ਰੱਖਿਆ ਕੁਝ? ਸੇਫਟੀ ਹੁਣ ਦੇਖੋ ਜੀ, ਅੱਗ ਬੁਝਾ ਕੇ ਹੁਣ ਤਾਂ ਅੱਗ ਬੁਝਾਉਣ 'ਚ ਲੱਗੇ ਹੋਏ ਆ, ਅੱਗ ਬੁਝਾ ਕੇ ਨਾ ਸੇਫਟੀ ਚੈੱਕ ਕਰਾਂਗੇ ਕੀ ਇਹਨਾਂ ਦੇ ਸਿਸਟਮ ਲੱਗਾ ਕੀ ਨਹੀਂ ਲੱਗਾ, ਉਸ ਹਿਸਾਬ ਨਾਲ ਬੰਦੀ ਕਾਰਵਾਈ ਕਰਾਵਾਂਗੇ। ਸਤਾ ਸਾਹਿਬ, ਕੋਈ ਕਾਰਨਾਂ ਦਾ ਪਤਾ ਲੱਗਾ? ਨਹੀਂ, ਕਾਰਨ ਤਾਂ ਹੁਣ ਮਾਲਕ ਦੱਸਣਗੇ, ਅਸੀਂ ਤਾਂ ਅੱਗ 'ਤੇ ਆਏ ਜਦੋਂ ਅੱਗ ਭੜਕੀ ਹੋਈ ਸੀ, ਪ੍ਰੋਪਰ ਅੱਗ ਲੱਗੀ ਹੋਈ ਸੀ, ਹੁਣ ਮਾਲਕ ਦੱਸਣਗੇ ਕਿਸ ਚੀਜ਼ ਨਾਲ ਅੱਗ ਲੱਗੀ ਆ, ਕੀ ਕਾਰਨ ਅੱਗ ਦਾ, ਕਿੰਨਾ ਕੁ ਨੁਕਸਾਨ ਆ, ਇਹ ਦੱਸਣਗੇ ਵੀ ਕੀ ਕਾਰਨ। ਕਿੰਨੀਆਂ ਹੁਣ ਤੱਕ ਗੱਡੀਆਂ? ਹਾਲੇ 10-15 ਲੱਗ ਚੁੱਕੀਆਂ ਜੀ, ਹਾਲੇ ਫੋਲ ਫਲੀਆਂ ਕਰ ਰਹੇ ਹਾਂ, ਤਕਰੀਬਨ ਘੰਟਾ 1.5 ਘੰਟਾ ਲੱਗ ਹੀ ਜਾਣਾ। ਸੀਗਾ ਕੈਮੀਕਲ ਦੇ ਘੱਟੋ ਘੱਟ 40-50 ਡਰੰਮ ਪਏ ਅੰਦਰ, ਬਾਹਰ ਕਢਾਏ ਆ ਤੇ ਦੇਖੋ ਡੀਜ਼ਲ ਵਗੈਰਾ ਸੀ, ਕੋਈ ਕੈਮੀਕਲ ਸੀਗਾ, ਕੋਈ ਦੇਖਾਂਗੇ ਇਹਨਾਂ ਦਾ, ਹੁਣ ਕੋਈ ਇਹਨਾਂ ਕੋਲ ਸੇਫਟੀ ਹੋਈ ਤਾਂ ਠੀਕ ਹੈ, ਨਹੀਂ ਤਾਂ ਫਿਰ ਕੋਈ ਕਾਰਵਾਈ ਕਰਾਵਾਂਗੇ ਇਹਨਾਂ 'ਤੇ। ਅਤੇ ਕੋਈ ਜਾਨੀ ਨੁਕਸਾਨ ਤਾਂ ਨਹੀਂ? ਜਾਨੀ ਨੁਕਸਾਨ ਨਹੀਂ। ਜੋਤਾ ਮੇਰਾ ਨਾਂ ਜੀ। ਹਾਂਜੀ। ਅਤੇ 8 ਵਜੇ ਦੇ ਕਰੀਬ ਫਾਇਰ ਕਾਲ ਆਈ ਵੀ ਲੈਦਰ ਕੰਪਲੈਕਸ 6 ਨੰਬਰ ਫੈਕਟਰੀ ਚੱਕ ਲੱਗੀ ਆ ਤੇ ਲਿਓ ਕੋਈ ਨਾਮ ਆ ਫੈਕਟਰੀ ਦਾ। ਟੋਟਲ ਕਿੰਨੀਆਂ ਗੱਡੀਆਂ ਆ ਗਈ? ਜਦੋਂ ਅੱਗ 'ਤੇ ਆਏ ਤਾਂ ਦੇਖਿਆ ਅੱਗ ਬਹੁਤ ਜ਼ਿਆਦਾ ਸੀਗੀ, 2 ਗੱਡੀਆਂ ਟਰਨ ਆਊਟ ਕਰ ਲਈਆਂ, ਹੁਣ ਘੱਟੋ ਘੱਟ 10-15 ਗੱਡੀਆਂ ਲੱਗ ਚੁੱਕੀਆਂ ਤੇ ਇਹਨਾਂ ਦੇ ਮਾਲ ਵਗੈਰਾ ਬਹੁਤ ਪਿਆ ਅੰਦਰ ਲੈਦਰ। ਤੇ ਕੋਈ ਜਾਨੀ ਮਾਲ ਦਾ ਨੁਕਸਾਨ ਨਹੀਂ? ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਮਾਲ ਦਾ ਜਿਹੜਾ ਚਲੋ ਇਹਨਾਂ ਦਾ ਨੁਕਸਾਨ ਹੋਣਾ ਸੀ ਉਹ ਤਾਂ ਹੋ ਗਿਆ। ਠੀਕ ਹੈ। ਤੇ ਸੇਫਟੀ ਫਿਊਚਰ ਤੇ ਉਹਨਾਂ ਨੇ ਰੱਖਿਆ ਕੁਝ? ਸੇਫਟੀ ਹੁਣ ਦੇਖੋ ਜੀ, ਅੱਗ ਬੁਝਾ ਕੇ ਹੁਣ ਤਾਂ ਅੱਗ ਬੁਝਾਉਣ 'ਚ ਲੱਗੇ ਹੋਏ ਆ, ਅੱਗ ਬੁਝਾ ਕੇ ਨਾ ਸੇਫਟੀ ਚੈੱਕ ਕਰਾਂਗੇ ਕੀ ਇਹਨਾਂ ਦੇ ਸਿਸਟਮ ਲੱਗਾ ਕੀ ਨਹੀਂ ਲੱਗਾ, ਉਸ ਹਿਸਾਬ ਨਾਲ ਬੰਦੀ ਕਾਰਵਾਈ ਕਰਾਵਾਂਗੇ। ਸਤਾ ਸਾਹਿਬ, ਕੋਈ ਕਾਰਨਾਂ ਦਾ ਪਤਾ ਲੱਗਾ? ਨਹੀਂ, ਕਾਰਨ ਤਾਂ ਹੁਣ ਮਾਲਕ ਦੱਸਣਗੇ, ਅਸੀਂ ਤਾਂ ਅੱਗ 'ਤੇ ਆਏ ਜਦੋਂ ਅੱਗ ਭੜਕੀ ਹੋਈ ਸੀ, ਪ੍ਰੋਪਰ ਅੱਗ ਲੱਗੀ ਹੋਈ ਸੀ, ਹੁਣ ਮਾਲਕ ਦੱਸਣਗੇ ਕਿਸ ਚੀਜ਼ ਨਾਲ ਅੱਗ ਲੱਗੀ ਆ, ਕੀ ਕਾਰਨ ਅੱਗ ਦਾ, ਕਿੰਨਾ ਕੁ ਨੁਕਸਾਨ ਆ, ਇਹ ਦੱਸਣਗੇ ਵੀ ਕੀ ਕਾਰਨ। ਕਿੰਨੀਆਂ ਹੁਣ ਤੱਕ ਗੱਡੀਆਂ? ਹਾਲੇ 10-15 ਲੱਗ ਚੁੱਕੀਆਂ ਜੀ, ਹਾਲੇ ਫੋਲ ਫਲੀਆਂ ਕਰ ਰਹੇ ਹਾਂ, ਤਕਰੀਬਨ ਘੰਟਾ 1.5 ਘੰਟਾ ਲੱਗ ਹੀ ਜਾਣਾ। ਸੀਗਾ ਕੈਮੀਕਲ ਦੇ ਘੱਟੋ ਘੱਟ 40-50 ਡਰੰਮ ਪਏ ਅੰਦਰ, ਬਾਹਰ ਕਢਾਏ ਆ ਤੇ ਦੇਖੋ ਡੀਜ਼ਲ ਵਗੈਰਾ ਸੀ, ਕੋਈ ਕੈਮੀਕਲ ਸੀਗਾ, ਕੋਈ ਦੇਖਾਂਗੇ ਇਹਨਾਂ ਦਾ, ਹੁਣ ਕੋਈ ਇਹਨਾਂ ਕੋਲ ਸੇਫਟੀ ਹੋਈ ਤਾਂ ਠੀਕ ਹੈ, ਨਹੀਂ ਤਾਂ ਫਿਰ ਕੋਈ ਕਾਰਵਾਈ ਕਰਾਵਾਂਗੇ ਇਹਨਾਂ 'ਤੇ। ਅਤੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ? ਜਾਨੀ ਨੁਕਸਾਨ ਨਹੀਂ।